ਜਾਂ ਫਿਰ ਤੁਸੀਂ ਪਿੱਠ ਦੇ ਦਰਦ ਵਾਸਤੇ ਪੁੱਛਦੇ ਸੀਗੇ ਪਿੱਠ ਮੈਂ ਦਰਦ ਹੁੰਦਾ ਹੈਗਾ, ਉਹ ਤੁਸੀਂ ਲੈ ਸਕਦੇ ਹੈਗੇ ਅੰਬਾ ਹਲਦੀ ਲੈ ਕੇ ਉਹਨੂੰ ਸਰੋਂ ਦੇ ਤੇਲ ਮੈਂ ਬਰੀਕ ਕਰਕੇ ਪਾ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਮਾਲਿਸ਼ ਕਰਨੀ ਹੈ ਜੀ। ਜਾਂ ਤੁਸੀਂ ਆਪਣੇ ਖਾ ਵੀ ਸਕਦੇ ਹੈਗੇ, ਮਾਲਿਸ਼ ਵੀ ਸਕਦੇ ਖਾ ਵੀ ਸਕਦੇ ਹੈਗੇ। ਜੇ ਖਾਣੀ ਹੈ ਤਾਂ ਤੁਸੀਂ ਇੱਕ ਚਮਚਾ ਲੈਣੀ ਹੈ, ਜੇ ਖਾ ਸਕਦੇ ਹੈ ਤਾਂ, ਨਹੀਂ ਤਾਂ ਮਾਲਿਸ਼ ਕਰ ਲਓ। ਨਹੀਂ ਤਾਂ ਤੁਸੀਂ ਲੈ ਸਕਦੇ ਹੈਗੇ ਕੁਆਰ ਦਾ ਗੁੱਦਾ ਲੈ ਕੇ, ਮੇਰਾ 10-10 ਗ੍ਰਾਮ ਤੁਹਾਨੂੰ ਵਧੀਆ ਰਹੂਗਾ। ਜਾਂ ਇੱਕ ਵਾਰੀ ਬਣਾ ਦਿਓ ਤੁਸੀਂ 20 ਗ੍ਰਾਮ ਤੁਸੀਂ ਗੁੱਦਾ ਲੈਣਾ ਹੈਗਾ ਕੁਆਰ ਦਾ, ਅਤੇ ਵਿੱਚ ਅੱਧਾ ਚਮਚਾ ਸੁੰਡ ਪਾਣੀ ਹੈਗੀ, 1 ਚਮਚਾ ਸ਼ਹਿਦ ਪਾਉਣਾ ਹੈਗਾ। ਇਹਦੇ ਆਪਣੇ ਤੁਸੀਂ 2 ਡੰਗ ਜਾਂ 2 ਜਾਂ 3 ਡੰਗ ਤੁਸੀਂ ਜਿੰਨੀ ਬਣੇਗੀ ਦਵਾਈ 3 ਡੰਗਾਂ ਵਾ ਤੁਸੀਂ ਆਪਣੇ ਫਿਨਿਸ਼ ਕਰ ਲਈਏ। ਰੋਜ਼ ਦੀ ਰੋਜ਼ ਬਣਾਈ ਜੀ, ਜੇ ਸਵੇਰ ਦੁਪਹਿਰੇ ਸ਼ਾਮ ਐਂ ਖਾ ਲਈ, ਜਾਂ ਨਹੀਂ ਤਾਂ 2 ਡੰਗ ਵਿੱਚ 2 ਦਿਨ ਵਿੱਚ ਲਾ ਸਕਦੇ ਹੈਗੇ। ਜਿੰਨੀ ਦਵਾਈ ਬਣੂਗੀ ਤੁਸੀਂ ਆਪਣੇ ਉਹਦੇ 6 ਹਿੱਸੇ ਕਰ ਲਿਓ, 1 ਜਾਂ 4 ਹਿੱਸੇ ਕਰ ਲਿਓ, 1 ਸਵੇਰ ਨੂੰ 1 ਦੁਪਹਿਰ ਨੂੰ 1 ਸਵੇਰ ਨੂੰ 1 ਦੁਪਹਿਰ ਨੂੰ ਅਗਲੇ ਦਿਨ ਐਂ ਖਾ ਲਈ, ਉਹ ਵੀ ਚੰਗਾ ਰਹੂਗਾ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ 100 ਗ੍ਰਾਮ ਖਸਖਸ ਅਤੇ 100 ਗ੍ਰਾਮ ਮਿਸ਼ਰੀ, ਇਹ ਮਿਕਸ ਕਰਕੇ ਰੱਖ ਲਓ 2 ਚਮਚੇ ਸਵੇਰ ਨੂੰ 2 ਚਮਚੇ ਸ਼ਾਮ ਨੂੰ, ਕੁਸੇ ਦੁੱਧ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਜਿਸ ਤਰ੍ਹਾਂ ਆਪਾਂ ਪੰਜੀਰੀ ਬਣਾਉਂਦੇ ਹਾਂ ਛੋਲਿਆਂ ਦੇ ਆਟਿਆਂ ਦੀ ਪੰਜੀਰੀ ਬਣਾ ਲਓ ਤੁਸੀਂ, ਅਤੇ ਉਹਦੇ ਵਿੱਚੋਂ ਥੋੜ੍ਹਾ ਕਿੱਕਰ ਦਾ ਗੁੰਦ ਅੰਦਾਜ਼ੇ ਨਾਲ ਪਾ ਲਈਓ, ਉਹਨੂੰ ਘੀਵਾਂ ਭੁੰਨ ਕੇ ਕਿੱਲਾਂ ਜਿਹੀਆਂ ਹੋ ਗਈਆਂ ਜਾਂ ਬਰੀਕ ਕਰਕੇ ਕਿੱਕਰ ਦੇ ਗੁੰਦ ਦੀ ਪੰਜੀਰੀ ਬਣਾਉਣੀ ਹੈ ਜੀ। ਬਸ ਇਹੋ ਹੈ, ਉਹਦਾ ਵੀ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਉਹਦੇ ਖਾ ਸਕਦੇ ਹੈਗੇ ਤੁਸੀਂ। ਜਾਂ ਫਿਰ ਤੁਸੀਂ ਆਪਣੇ ਖਸਖਸ ਅਤੇ ਆਪਣੇ ਕਾਲੀ ਮਿਰਚਾਂ ਬਰਾਬਰ ਬਰਾਬਰ ਲੈ ਕੇ ਇਹ ਤੁਸੀਂ 1 ਚਮਚਾ ਆਪਣੇ ਲੈ ਲਿਆ ਕਰੋ ਦੁੱਧ ਨਾਲ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਚਲੋ ਬਥੇਰੇ ਇੰਨੇ ਜੀ, ਜਾਂ ਫਿਰ ਤੁਸੀਂ ਪਿੱਠ ਦੇ ਦਰਦ ਵਾਸਤੇ ਪੁੱਛਦੇ ਸੀਗੇ ਪਿੱਠ ਮੈਂ ਦਰਦ ਹੁੰਦਾ ਹੈਗਾ, ਉਹ ਤੁਸੀਂ ਲੈ ਸਕਦੇ ਹੈਗੇ ਅੰਬਾ ਹਲਦੀ ਲੈ ਕੇ ਉਹਨੂੰ ਸਰੋਂ ਦੇ ਤੇਲ ਮੈਂ ਬਰੀਕ ਕਰਕੇ ਪਾ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਮਾਲਿਸ਼ ਕਰਨੀ ਹੈ ਜੀ। ਜਾਂ ਤੁਸੀਂ ਆਪਣੇ ਖਾ ਵੀ ਸਕਦੇ ਹੈਗੇ, ਮਾਲਿਸ਼ ਵੀ ਸਕਦੇ ਖਾ ਵੀ ਸਕਦੇ ਹੈਗੇ। ਜੇ ਖਾਣੀ ਹੈ ਤਾਂ ਤੁਸੀਂ 1 ਚਮਚਾ ਲੈਣੀ ਹੈ, ਜੇ ਖਾ ਸਕਦੇ ਹੈ ਤਾਂ, ਨਹੀਂ ਤਾਂ ਮਾਲਿਸ਼ ਕਰ ਲਓ। ਨਹੀਂ ਤਾਂ ਤੁਸੀਂ ਲੈ ਸਕਦੇ ਹੈਗੇ ਕੁਆਰ ਦਾ ਗੁੱਦਾ ਲੈ ਕੇ, ਮੇਰਾ 10-10 ਗ੍ਰਾਮ ਤੁਹਾਨੂੰ ਵਧੀਆ ਰਹੂਗਾ। ਜਾਂ ਇੱਕ ਵਾਰੀ ਬਣਾ ਦਿਓ ਤੁਸੀਂ 20 ਗ੍ਰਾਮ ਤੁਸੀਂ ਗੁੱਦਾ ਲੈਣਾ ਹੈਗਾ ਕੁਆਰ ਦਾ, ਅਤੇ ਵਿੱਚ ਅੱਧਾ ਚਮਚਾ ਸੁੰਡ ਪਾਣੀ ਹੈਗੀ, 1 ਚਮਚਾ ਸ਼ਹਿਦ ਪਾਉਣਾ ਹੈਗਾ। ਇਹਦੇ ਆਪਣੇ ਤੁਸੀਂ 2 ਡੰਗ ਜਾਂ 2 ਜਾਂ 3 ਡੰਗ ਤੁਸੀਂ ਜਿੰਨੀ ਬਣੇਗੀ ਦਵਾਈ 3 ਡੰਗਾਂ ਵਾ ਤੁਸੀਂ ਆਪਣੇ ਫਿਨਿਸ਼ ਕਰ ਲਈਏ। ਰੋਜ਼ ਦੀ ਰੋਜ਼ ਬਣਾਈ ਜੀ, ਜੇ ਸਵੇਰ ਦੁਪਹਿਰੇ ਸ਼ਾਮ ਐਂ ਖਾ ਲਈ, ਜਾਂ ਨਹੀਂ ਤਾਂ 2 ਡੰਗ ਵਿੱਚ 2 ਦਿਨ ਵਿੱਚ ਲਾ ਸਕਦੇ ਹੈਗੇ। ਜਿੰਨੀ ਦਵਾਈ ਬਣੂਗੀ ਤੁਸੀਂ ਆਪਣੇ ਉਹਦੇ 6 ਹਿੱਸੇ ਕਰ ਲਿਓ, 1 ਜਾਂ 4 ਹਿੱਸੇ ਕਰ ਲਿਓ, 1 ਸਵੇਰ ਨੂੰ 1 ਦੁਪਹਿਰ ਨੂੰ 1 ਸਵੇਰ ਨੂੰ 1 ਦੁਪਹਿਰ ਨੂੰ ਅਗਲੇ ਦਿਨ ਐਂ ਖਾ ਲਈ, ਉਹ ਵੀ ਚੰਗਾ ਰਹੂਗਾ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ 100 ਗ੍ਰਾਮ ਖਸਖਸ ਅਤੇ 100 ਗ੍ਰਾਮ ਮਿਸ਼ਰੀ, ਇਹ ਮਿਕਸ ਕਰਕੇ ਰੱਖ ਲਓ 2 ਚਮਚੇ ਸਵੇਰ ਨੂੰ 2 ਚਮਚੇ ਸ਼ਾਮ ਨੂੰ, ਕੁਸੇ ਦੁੱਧ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਜਿਸ ਤਰ੍ਹਾਂ ਆਪਾਂ ਪੰਜੀਰੀ ਬਣਾਉਂਦੇ ਹਾਂ ਛੋਲਿਆਂ ਦੇ ਆਟਿਆਂ ਦੀ ਪੰਜੀਰੀ ਬਣਾ ਲਓ ਤੁਸੀਂ, ਅਤੇ ਉਹਦੇ ਵਿੱਚੋਂ ਥੋੜ੍ਹਾ ਕਿੱਕਰ ਦਾ ਗੁੰਦ ਅੰਦਾਜ਼ੇ ਨਾਲ ਪਾ ਲਿਓ, ਉਹਨੂੰ ਘੀਵਾਂ ਭੁੰਨ ਕੇ ਕਿੱਲਾਂ ਜਿਹੀਆਂ ਹੋ ਗਈਆਂ ਜਾਂ ਬਰੀਕ ਕਰਕੇ ਕਿੱਕਰ ਦੇ ਗੁੰਦ ਦੀ ਪੰਜੀਰੀ ਬਣਾਉਣੀ ਹੈ ਜੀ। ਬਸ ਇਹੋ ਹੈ, ਉਹਦਾ ਵੀ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਉਹਦੇ ਖਾ ਸਕਦੇ ਹੈਗੇ ਤੁਸੀਂ। ਜਾਂ ਫਿਰ ਤੁਸੀਂ ਆਪਣੇ ਖਸਖਸ ਅਤੇ ਆਪਣੇ ਕਾਲੀ ਮਿਰਚਾਂ ਬਰਾਬਰ ਬਰਾਬਰ ਲੈ ਕੇ ਇਹ ਤੁਸੀਂ 1 ਚਮਚਾ ਆਪਣੇ ਲੈ ਲਿਆ ਕਰੋ ਦੁੱਧ ਨਾਲ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਚਲੋ ਬਥੇਰੇ ਇੰਨੇ ਜੀ,